Subscribe now and press the bell icon. ਓ ਦੱਸ ਮੈਂ ਕਿਤੇ ਆਏ ਜਾਨ ਕੱਢ ਲਈ ਸੀ ਓਏ ਹਰਬਾਈਆ ਓਏ ਤੇਰਾ ਕੱਖ ਨਾ ਰਵੇ ਓਏ ਕੁਛ ਨੀ ਛੱਡਿਆ ਹੈਗਾ ਹਾਏ ਜਮੀ ਨੀ ਕਰਾ ਤਰਸ ਵੀ ਅਮਲੀ ਬੰਦਾ ਦੱਸ ਸਾਰਾ ਕੁਛ ਹੀ ਤੋੜ ਕੇ ਸਿਰਤਾ ਹਾਏ ਓਏ ਓ ਗਰੀਬ ਤੇ ਜਮੀ ਤਰਸ ਨੀ ਕਰਿਆ ਹਾਏ ਓਏ गल च हो गया कम मसा किसी ने कोई दुख सुख पुछन लग्या थी जीव का भी पता ही नहीं किचन फिसल जे हूं कि बन दी भरास करना बी भैया किमे हो गया छत पेट चलो कोई पता हाए 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 आ केड़ा आंदा वे टेडा टेडा जे केड़े केड़े जे खांदा मैनू तो कट्ठा ही लगता है पुछदा की हो गया तेरा की ने ढोल जा पाड़ता बाई तुम पुछना तू तो खासी लगता है मेनू तेरी चंगी किसने सर्विस करी लगती है भाई बाली होगी जाती होगी कुछ अच्छा है मैं किमें की हो गया ओ, मैं मठियाई वाले दे गया थी हलवाई कोले हां ओ हलवाई कोले की करन वा गया तू ओ मैं शायद को पंजी लंगया जांदा थी मेरा ना ओ देख के लड्डू जे ਸਾਕਰ ਪਾਣੀ ਜੇ ਮੇਰਾ ਰੰਗ ਜੇ ਦੇਖ ਕੇ ਜੀ ਕਰਿਆ ਆ ਮੈਂ ਆਖਿਆ ਆਪਾਂ ਖਾ ਪੀਏ ਨਾ ਲਈਏ ਮੇਰੇ ਕੋਲੇ ਪੈਸੇ ਜੇ ਹੈਗੇ ਤੇ ਅੱਛਾ ਮੈਂ ਵਗ ਗਿਆ ਦੁਕਾਨ ਤੇ ਮੈਂ ਕਿਹਾ ਉਹ ਬਈ ਆ ਰਸਗੁੱਲੇ ਕੀ ਰੇਟ ਲਾ ਰੱਖੇ ਨੇ ਹਾਂ ਉਹ ਕਹਿੰਦਾ ਵੀ 100 ਰੁਪਏ ਅੱਛਾ ਮੈਂ ਆਖਿਆ ਵੀ ਆ ਗੁਲਾਬ ਜਾਮਣਾ ਕੀ ਰੇਟ ਲਾ ਰੱਖੀਆਂ ਨੇ ਉਹ ਕਹਿੰਦਾ 150 ਰੁਪਏ ਹਾਂ ਮੈਂ ਆਖਿਆ ਵੀ ਆ ਜਿਹੜੇ ਸਾਕਰ ਪਾਰੇ ਜੇ ਨੇ ਇਹ ਕੀ ਰੇਟ ਲਾ ਰੱਖੇ ਨੇ ਕਹਿੰਦਾ ਇਹ ਤਾਂ 50 ਰੁਪਏ ਨੇ ਮੈਂ ਆਖਿਆ ਲੱਡੂ ਕੀ ਰੇਟ ਲਾ ਰੱਖੇ ਨੇ ਉਹ ਕਹਿੰਦਾ ਇਹ ਤਾਂ 90 ਰੁਪਏ ਨੇ ਉਹ ਕਹਿੰਦਾ ਉਦੋਂ ਬਾਅਦ ਮੇਰਾ ਫਿਰ ਮੈਂ ਆਖਿਆ ਵੀ ਐ ਕਰ ਇਹ ਸਾਰੀਆਂ ਪਾ ਦੇ ਮੈਨੂੰ ਅੱਛਾ ਉਹ ਇੱਕ ਲਫਾਫੇ ਚ ਪਾ ਦੇ ਓਹਨੇ ਲਫਾਫੇ ਚ ਪਾਤੀਆਂ ਸਾਰੀਆਂ ਪਾਈ ਗਿਆ ਬਾਰੋ ਬਾਰੀ ਜਦੋਂ ਮੈਂ ਰੇਟ ਪੁੱਛੀ ਗਿਆ ਫਿਰ ਮੈਂ ਜਦੋਂ ਦੇਖਿਆ ਨਾ ਓਹਨੇ ਐ ਸ਼ੀਸ਼ਾ ਜਾ ਐਵੇਂ ਖਰਜ ਕਰਕੇ ਖਿੱਚਿਆ ਓਹਨੇ ਸ਼ੀਸ਼ਾ ਜਾ ਵਿਚ ਚਮ ਚਮ ਪਈ ਮੇਰਾ ਤਾਂ ਰੰਗ ਜਾ ਦੇਖ ਕੇ ਬਾਲੀ ਜੀ ਕਰਿਆ ਮੈਂ ਕਿਹਾ ਆ ਕੀ ਰੇਟ ਹੈ ਕਹਿੰਦਾ ਇਹ ਤਾਂ ਕਹਿੰਦਾ 280 ਰੁਪਏ ਹੈ ਮੈਂ ਤਾਂ ਆਖਿਆ ਬਈ ਕੋਈ ਗੱਲ ਨੀ ਆਪ ਹੀ ਕਰ ਦੇ ਤੂੰ ਓਹਨੇ ਓਹਨੇ ਉਹ ਵੀ ਲਿਫਾਫੇ ਚ ਉਹ ਵੀ ਪਾਤੀਆਂ ਪਾ ਕੇ ਮੈਂ ਕਿਹਾ ਐ ਕਰ ਕਹਿੰਦਾ ਹਾਂਜੀ ਮੈਂ ਇਹਨੂੰ ਇਹਨੂੰ ਰਲਾ ਦੇ ਓਹਨੇ ਐ ਜੇ ਕਰਕੇ ਆਏ ਜਦੋਂ ਰਲਾਇਆ ਨਾ ਸਾਰਾ ਘੋਲ ਕੇ ਕਹਿੰਦਾ ਹਾਂ ਹੁਣ ਮਖਾਏ ਕਰ 10 ਰੁਪਈਆਂ ਦੀਆਂ ਦੇ ਦੇ ਮੈਨੂੰ ਆਹੀ ਬਾਹ ਫੜ ਲਈ ਓਏ ਆਹੀ ਕੁੱਟਣ ਦੇ ਲੱਛਣ ਦੇ ਓਏ ਦਾ ਲੱਛਣ ਦੇ ਪਾਸਾ ਹੀ ਤੋੜਤਾ ਸਾਰਾ ਹਾਏ ਓ ਜਾ ਓਏ ਕੱਟਿਆ ਤੂੰ ਵੀ